सरबजीत कौर लवली वार्ड नंबर 100 से। मैं लेडीज की प्रॉब्लम समझ सकती हूँ। जो इनकी प्रॉब्लम्स है, इनको ज़्यादातर लेडीज को होता है कि हमारी सफाई नज़र आए, हमें चारों तरफ सफाई नज़र आनी चाहिए, कहीं गली में कोई मतलब कूड़ा करकट नहीं होना चाहिए। हमारा वही यही मोटिव है। ਸਾਨੂੰ ਸੀਟ ਮਿਲੀ ਹੈ, ਇਹ ਤੁਹਾਡੀ ਸੇਵਾ ਦੇ ਕਾਰਨ ਮਿਲੀ ਹੈ ਜਾਂ ਇੱਥੇ ਦੇ ਲੋਕਾਂ ਦਾ ਪ੍ਰਭਾਵ ਸੀ? ਸੇਵਕ ਕੋ ਸੇਵਾ ਬਣਾਈ। ਪਿਛਲੀ ਵਾਰੀ ਮੈਂ ਇੱਥੋਂ ਕੌਂਸਲਰ ਸੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਪਿਛਲੀ 4 ਟਰਮਾਂ ਤੋਂ ਮੈਂ ਇੱਥੋਂ ਗੁਰੂ ਦੀ ਕਿਰਪਾ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਜਿੱਦਾਂ ਆ ਰਿਹਾ। ਔਰ ਪਿਛਲੀ ਵਾਰੀ ਭਾਰਤੀ ਜਨਤਾ ਪਾਰਟੀ ਦੇ ਟਿਕਟ 'ਤੇ ਜੋ ਅਲਾਇੰਸ ਦੀ ਟਿਕਟ ਸੀ ਉਹਦੇ ਤੋਂ ਮੈਂ ਜਿੱਤਿਆ ਔਰ ਇਸ ਵਾਰੀ ਫਿਰ ਪਾਰਟੀ ਨੇ ਉਹ ਸੰਗਤਾਂ ਦੇ ਸਹਿਯੋਗ ਨਾਲ ਲੇਡੀ ਸੀਟ ਹੈ ਮਿਸਿੰਗ ਖੜੀ ਹੋਈ ਹੈ ਔਰ ਮੈਂ ਆਸ ਕਰਨਾ ਕਿ ਇਹ ਅੱਜ ਤੁਸੀਂ ਜਨਤਾ ਦਾ ਸੰਗਤਾਂ ਦਾ ਠਾਠਾ ਮਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਸੰਗਤਾਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੈ। ਇਹ ਸਾਰਾ ਮੇਰਾ ਪਰਿਵਾਰ ਹੈ ਕਿਉਂਕਿ ਹਰ ਵਕਤ 24/7 ਮੈਂ ਇਹਨਾਂ ਨਾਲ ਹਾਂ, ਇਹ ਮੇਰੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਹੁਸ਼ਨੇਕ ਸਿੰਘ ਪਿੰਕਾ, ਅੱਜ ਫਿਰ ਅਸੀਂ ਫਤਿਹ ਨਗਰ 100 ਨੰਬਰ ਵਾਰਡ ਤੋਂ ਬੀਬੀ ਇੰਦਰਜੀਤ ਕੌਰ ਆਏ ਹਾਂ। ਬੀਬੀ ਇੰਦਰਜੀਤ ਕੌਰ ਜੀ ਦੀ ਜਿਹੜਾ ਅਸੀਂ ਪਿਛਲਾ ਇਤਿਹਾਸ ਦੇਖਦੇ, ਇਹਨਾਂ ਦੇ ਪਿਤਾ, ਇਹਨਾਂ ਦੇ ਜੋ ਆਪਣੇ ਪਤੀ ਦੇ, ਉਹਨਾਂ ਨੇ ਬੜਾ ਅੱਛਾ ਕੰਮ ਕੀਤਾ। ਕੰਮ ਕਰਨ ਤੋਂ ਬਾਅਦ ਪਾਰਟੀ ਨੇ ਫਿਰ ਇਹਨਾਂ ਨੂੰ ਦੁਬਾਰਾ ਟਿਕਟ ਇਹਨਾਂ ਦੀ ਧਰਮ ਪਤਨੀ ਨੂੰ ਦਿੱਤਾ। ਬੀਬੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਪਾਰਟੀ ਨੇ ਦੁਬਾਰਾ ਟਿਕਟ ਦਿੱਤਾ, ਇਹਦਾ ਮਤਲਬ ਕੰਮ ਅੱਛੇ ਸੀ? ਅਮਰਜੀਤ ਸਿੰਘ ਪੱਪੂ ਜੀ ਦੇ ਕੰਮ ਇੰਨੇ ਵਧੀਆ ਸੀ ਕਿ ਉਹਨਾਂ ਨੇ ਬਿਨਾਂ ਸੋਚੇ ਹੀ ਸਾਨੂੰ ਮਹਾਰਾਜ ਨੇ ਆਪਣੀ ਟਿਕਟ ਦਵਾਈ ਹੈ ਦੁਬਾਰਾ। ਜੇ ਕੰਮ ਅੱਛੇ ਸੀ ਤਦ ਹੀ ਟਿਕਟ ਮਿਲੀ ਹੈ ਨਾ। ਬਸ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਮਹਿਲਾ ਨੇ ਇਹਨੂੰ ਸੀਟ ਦਿੱਤੀ ਹੈ। ਬਸ ਅਸੀਂ ਇਸਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੇ ਹਾਂ। ਕਹਿਣਾ ਚਾਹਤੇ ਸੀ ਕਿ ਮੇਰਾ ਬਸ ਨਹੀਂ ਚੱਲਦਾ, ਨਹੀਂ ਤਾਂ ਮੈਂ ਦਿੱਲੀ ਦੇ ਵਿੱਚ ਸਾਰੇ ਜਿੰਨੇ ਵੀ ਇਸਤਰੀਆਂ ਸੀ ਉਹਨਾਂ ਨੂੰ ਮੈਂ ਟਿਕਟ ਦਿੰਦਾ, ਲੇਕਿਨ ਪਾਰਟੀ ਦਾ ਇੱਕ ਆਪਣਾ ਮੁੱਦਾ ਹੁੰਦਾ, ਉਹਨੂੰ ਇੱਕ ਮਸਲਾ ਹੁੰਦਾ, ਲੇਕਿਨ ਤੁਹਾਡੇ ਬਾਰੇ ਤਾਂ ਤਾਰੀਫ ਹੋਈ ਹੈ ਉੱਥੇ। ਬਸ ਇਹੀ ਸਾਡੀ ਤਾਰੀਫ ਹੀ, ਮੇਰੀ ਤਾਂ ਸੰਗਤ ਹੈ ਮੇਰੇ ਨਾਲ, ਮੈਂ ਅੱਜ ਜੋ ਵੀ ਖੜੀ ਹਾਂ ਨਾ, ਮੇਰੀ ਸਾਰੀ ਇਸਤਰੀ ਸਤਸੰਗ ਦੇ ਵਜ੍ਹਾ ਨਾਲ ਹੀ ਮੈਂ ਅੱਜ ਖੜੀ ਹਾਂ ਔਰ ਉਹਨਾਂ ਦੀ ਵਜ੍ਹਾ ਨਾਲ ਹੀ ਮੈਂ ਜਿੱਤਾਂਗੀ। ਅੱਛਾ ਵੀਰ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵੀਰ ਜੀ ਦਾ ਕੰਮ ਦਾ ਜਿਹੜਾ ਸੀਗਾ ਰੁਟੀਨ, ਉਹ ਬੜਾ ਅੱਛਾ ਹੀ ਸੀਗਾ, ਸਾਰੇ ਲੋਕਾਂ 'ਚ ਉਹਨਾਂ ਦਾ ਉਤਸ਼ਾਹ ਵੀ ਹੈ। ਤੁਸੀਂ ਇੱਕ ਯੰਗ ਰੇਸ਼ਨ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਡੇ ਪਿਤਾ ਜੀ ਨੇ ਪਿਛਲੇ 2 ਸਾਲ ਜਦ ਕਰੋਨਾ ਦਾ ਬਹੁਤ ਭਿਆਨਕ ਦੌਰ ਰਿਹਾ ਸੀਗਾ, ਸਾਡੀ ਮਾਂ ਨੇ 12-12 ਘੰਟੇ ਸ਼ਮਸ਼ਾਨ ਗਾਰਡ 'ਚ ਜਿਹੜੇ ਆਪਣੇ ਘਰਾਂ ਦੇ ਅੰਦਰ ਜਿਨ੍ਹਾਂ ਦੀ ਕਿਸੇ ਦੀ ਡੈਥ ਹੋਈ ਉਹ ਜਾ ਨਹੀਂ ਪਾਏ, ਅਤੇ ਮੇਰੇ ਪਿਤਾ ਜੀ ਨੇ ਆਪਣੇ ਹੱਥੋਂ ਦੀ ਉਹਨਾਂ ਦਾ ਸੰਸਕਾਰ ਕੀਤਾ। ਇਹ ਸਾਨੂੰ ਸੰਗਤ ਨੇ ਨਾ ਅਸੀਸ ਬਖਸ਼ੀ ਹੈ ਕਿ ਇਹ ਵੀ ਮਾਨ ਸੇਵਾ ਇਹ ਕਰ ਰਹੇ ਨੇ ਔਰ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਸਭ ਤੋਂ ਪਹਿਲੇ ਜਿਹੜੀ ਇਹ ਸਾਡੀ ਲੇਡੀਜ਼ ਜਿਹੜੀ ਅੱਜ ਕੱਲ੍ਹ ਆਪਣੇ ਘਰੋਂ ਨਿਕਲਦੇ ਡਰਦੀਆਂ ਕਿ ਅੱਜ ਜਿਹੜੀ ਕਾਨੂੰਨ ਵਿਵਸਥਾ ਹੈ, ਜਿਹੜੀ ਕੇਜਰੀਵਾਲ ਨੇ ਕਿਹਾ ਮੈਂ 15 ਲੱਖ CCTV ਕੈਮਰੇ ਲਗਾ ਦਾਂਗਾ, ਮੈਂ ਹਰ ਬੱਸ 'ਚ ਇੱਕ ਮਹਿਲਾ ਕੰਡਕਟਰ ਬਿਠਾ ਦਾਂਗਾ, ਅੱਜ ਘਰੋਂ ਨਿਕਲਦੀਆਂ ਡਰਦੀਆਂ ਕਿਉਂਕਿ ਖੌਫ ਨਹੀਂ ਰਹਿ ਗਿਆ, ਕੋਈ ਸਿਕਿਉਰਿਟੀ ਵਾਈਜ਼ ਕੁਛ ਨਹੀਂ ਹੈ। ਇੱਕ ਦਿੱਲੀ ਪੁਲਿਸ ਬਹੁਤ ਅੱਛਾ ਕੰਮ ਕਰ ਰਹੀ ਹੈ, ਲੇਕਿਨ ਦਿੱਲੀ ਪੁਲਿਸ ਨੂੰ ਵੀ ਸੁਵਿਧਾ ਚਾਹੀਦੀ ਹੈ ਕਿ ਸਰਕਾਰ ਉਹਨਾਂ ਦੇ ਨਾਲ ਚੱਲੇ, ਜੋ ਬਿਲਕੁਲ ਨਹੀਂ ਚੱਲ ਪਾ ਰਹੀ। ਮੈਂ ਸਮਝਦਾ ਕਿ ਆਉਣ ਵਾਲਾ ਟਾਈਮ ਬਚਪਾ ਆਏਗੀ ਔਰ ਕਮਲ ਖਿਲੇਗਾ 7 ਤਰੀਕ ਨੂੰ। ਮੋਦੀ ਜੀ ਕੋਲ ਵੀ ਜਾਣਾ ਪਏ ਤੇ ਪੱਕਾ ਜਾਵਾਂਗੇ। ਮੋਦੀ ਜੀ ਦੇਖਣਾ, ਅਸੀਂ ਐਸਾ ਕੁਛ ਕਰਕੇ ਦੇਖਾਂਗੇ, ਮੋਦੀ ਜੀ ਸਾਨੂੰ ਖੁਦ ਆ ਕੇ ਮਿਲਣ ਆਣਗੇ ਸਾਡੀ ਲੇਡੀਜ਼ ਨੂੰ। ਇਹ ਲੇਡੀ ਤੇ ਇਸ ਤਰ੍ਹਾਂ ਦੀ ਹੈ ਕਿ ਇਸ ਨੇ ਮਿਲੇ ਹੋਏ ਆ ਕਈਆਂ ਦੇ, ਹੋਰ ਕੋਈ ਲਾਲਚ ਕਿਸੇ ਕਿਸਮ ਦਾ ਨਹੀਂ ਹੈਗਾ, ਅਸੀਂ ਤਾਂ ਮੰਨਦਾ ਹਾਂ। ਕਈਆਂ ਮੇਰੀ ਮਾਂ ਦੀ ਵੀ ਲੋਏ ਸੀ, ਕਈਆਂ ਦੇ, ਕਈਆਂ ਲੇਡੀਜ਼ ਦੇ ਘਰ ਕੋਈ ਪ੍ਰੋਬਲਮ ਹੁੰਦੀ ਹੈ, ਇਹ ਕੁੜੀ ਸਾਲਵ ਕਰਕੇ ਆਉਂਦੀ ਹੈ, ਨੂੰਹਾਂ ਨਾਲ ਹੋਏ, ਹਸਬੈਂਡ ਨਾਲ ਹੋਵੇ, ਕਿਸੇ ਨਾਲ ਵੀ ਹੋਵੇ, ਹੱਲ ਕਰਕੇ ਆਉਂਦੇ ਨੇ। ਮੈਂ ਬਹੁਤ ਕੁਛ ਕਹਿਣਾ ਚਾਹੁੰਦੀ ਹਾਂ, ਇਹ ਮੇਰੀ ਬਹੁਤ ਅੱਛੀ ਬੇਟੀ ਹੈ ਬਣੀ ਹੋਏ ਔਰ ਬਹੁਤ ਧਿਆਨ ਰੱਖ, ਸਾਰੀ ਸੰਗਤ ਦਾ ਧਿਆਨ ਰੱਖਦੀ ਹੈ, ਕੋਈ ਐਸਾ ਹੀ ਲੇਡੀਜ਼ ਨਹੀਂ, ਪੁੱਛ ਕੇ ਦੇਖ ਲਓ, ਲਵਲੀ ਬਿਨਾਂ ਕੋਈ ਕੰਮ ਨਹੀਂ ਹੁੰਦਾ ਸਰ। ਮੈਂ ਬਾਹਰ ਵੀ ਲੋਕਾਂ ਤੋਂ ਜਾਣਿਆ, ਮੈਂ ਪਤਾ ਕਰਨਾ ਚਾਹਿਆ, ਮੈਂ ਇਸ ਕਰਕੇ ਕਰਨਾ ਚਾਹਿਆ ਕਿ ਕਿਤੇ ਅਸੀਂ ਜ਼ਿਆਦਾ ਝੂਠ ਨਹੀਂ ਬੋਲ ਪਾ ਰਹੇ, ਪਰ ਲੋਕਾਂ ਨੇ ਆਪ ਜੈਸੇ ਲੋਕਾਂ ਨੇ ਇਨਕੀ ਤਾਰੀਫ ਕੀ। ਜ਼ਿਆਦਾ ਹਰ ਜਗ੍ਹਾ ਗੁਰਦੁਆਰਿਆਂ ਦੇ ਕਰਵਾਉਣ, ਸਾਰਾ ਕੁਛ ਸਾਰੇ ਨਾਲ ਕਰਵਾਉਂਦੇ। ਮੈਂ ਵੀ ਬੋਲਣਾ ਚਾਹੁੰਦੀ ਹਾਂ ਥੋੜ੍ਹਾ। 2017 ਵਿੱਚ ਮੇਰਾ ਬੇਟਾ ਬਹੁਤ ਸੀਰੀਅਸ ਬਿਮਾਰ ਹੋਇਆ ਸੀ, ਜੋ ਕਿ ਇਹਨਾਂ ਨੇ
और इन्होंने हसबेंड ने मेरे वीर जी ने पप्पू वीर जी ने मेरा बहुत साथ दिता। उन्होंने तन मन तन दे नाल मेरे बच्चे की जड़ी है टेक केयर की है ते इस वास्ते है जड़े ने बहुत लाइक ने ते एना नु ही जितावांगे असी बिल्कुल पक्का बोले सोनिहाल असी जानना चाहते हैं कि जो इस्त्रियों का उत्साह होता है वह बहुत बड़ा होंगे इन्हों तो बल सानू बहुत मिलता जो सानू इन्हों तो बल मिलता तो मैं लगता कि यह सीट पक्की फतेह नगर बीबी इंदरजीत कौर की झोली च पेगी पेगी। मैं हुशनेक सिंह पिंका जथेदार टीवी दिल्ली फतेह नगर तो।